ਬੀਜੇਪੀ ਦਾ ਮੇਅਰ ਬਣ ਚੁੱਕਿਆ, ਬੀਜੇਪੀ ਦੇ ਮੇਅਰ ਦੀ ਅਨਾਊਂਸਮੈਂਟ ਕਰ ਦਿੱਤੀ ਗਈ ਹੈ। ਬੀਜੇਪੀ ਦਾ ਮੇਅਰ ਮਨੋਜ ਸੋਨਕਰ ਨੂੰ ਬੀਜੇਪੀ ਦਾ ਮੇਅਰ ਬਣਾ ਦਿੱਤਾ ਗਿਆ ਨੂੰ ਅਨਾਊਂਸ ਕਰ ਦਿੱਤਾ। ਹਾਲਾਂਕਿ ਹੰਗਾਮਾ ਉੱਥੇ ਹੋਇਆ ਹੈ। ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਕਾਉਂਸਲਰਸ ਨੇ ਪਰਚੀਆਂ ਨੂੰ ਆਪਣੇ ਉਹਦੇ ਚ ਲਿਆ ਤੇ ਇਹ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਹ ਧੱਕਾ ਹੋਇਆ ਹੈ। ਇਹ ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਜਪਾ ਦਾ ਮੇਅਰ ਬਣ ਚੁੱਕਿਆ ਔਰ ਇਸ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਔਰ ਇਸ ਪੋਸਟ ਦੇ ਵਿੱਚ ਰਾਜਾ ਵੜਿੰਗ ਲਿਖਦੇ ਨੇ, ਭਾਜਪਾ ਸਿਰਫ ਭ੍ਰਿਸ਼ਟ ਨਹੀਂ ਹੈ, ਇਹ ਲੋਕਤੰਤਰ ਦਾ ਕਤਲ ਕਰਨ ਤੇ ਤੁਲੀ ਹੋਈ ਹੈ। ਉਹ ਧੱਕੇਸ਼ਾਹੀ, ਏਜੰਸੀਆਂ, ਪੈਸੇ, ਦਬਾਅ, ਅਫਸਰਾਂ ਦੀ ਦੁਰਵਰਤੋਂ ਕਰਨ ਤੋਂ ਬਿਲਕੁਲ ਵੀ ਗੁਰੇਜ਼ ਨਹੀਂ ਕਰਦੇ। ਨਾਲ ਨੱਥੀ ਕੀਤੀ ਗਈ ਵੀਡੀਓ ਦੇ ਵਿੱਚ ਪ੍ਰੀਜ਼ਾਈਡਿੰਗ ਅਫਸਰ ਨੂੰ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਵੋਟਾਂ ਦੀ ਹੇਰਾਫੇਰੀ ਕਰਦੇ ਹੋਏ ਸਾਫ਼ ਦੇਖਿਆ ਜਾ ਸਕਦਾ। ਅੱਜ ਦੀ ਘਟਨਾ ਸਿਰਫ ਰਾਜਨੀਤਿਕ ਵਰਗ ਲਈ ਚਿੰਤਾਜਨਕ ਨਹੀਂ ਹੈ, ਇਹ ਹਰ ਮਾਂ ਬਾਪ ਲਈ, ਹਰ ਵਿਦਿਆਰਥੀ ਲਈ, ਇਸ ਦੇਸ਼ ਦੇ ਹਰ ਨਾਗਰਿਕ ਲਈ ਖਤਰਨਾਕ ਹੈ। ਕੀ ਅਸੀਂ ਆਪਣੇ ਬੱਚਿਆਂ ਲਈ ਅਜਿਹਾ ਭਵਿੱਖ ਚਾਹੁੰਦੇ ਹਾਂ? ਕੀ ਅਸੀਂ ਤਾਨਾਸ਼ਾਹੀ ਚਾਹੁੰਦੇ ਹਾਂ? ਅਤੇ ਜੇਕਰ ਜਵਾਬ ਨਹੀਂ ਹੈ ਤਾਂ ਇਹ ਲੜਨ ਦਾ ਸਮਾਂ ਹੈ, ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ। ਸੋ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਪ੍ਰੋਸੀਡਿੰਗ ਅਫਸਰ 'ਤੇ ਇਲਜ਼ਾਮ ਲਗਾਏ ਗਏ ਨੇ ਕਿ ਵੋਟਾਂ ਦੀ ਗਿਣਤੀ ਦੇ ਵਿੱਚ ਫੇਰਾਫੇਰੀ ਕੀਤੀ ਗਈ। ਭਾਜਪਾ ਕੌਂਸਲਰ ਮਨੋਜ ਸੋਨਕਰ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਬਣ ਚੁੱਕੇ ਨੇ। ਉਹਨਾਂ ਨੇ ਆਪ ਕਾਂਗਰਸ ਦੇ ਗੱਠਜੋੜ ਨੂੰ ਕਰਾਰੀ ਹਾਰ ਦਿੱਤੀ, 4 ਵੋਟਾਂ ਦੇ ਫਰਕ ਨਾਲ ਹਰਾਇਆ। ਮੇਅਰ ਦੀ ਚੋਣ ਲਈ ਸੰਸਦ ਮੈਂਬਰਾਂ ਅਤੇ 35 ਕੌਂਸਲਰਾਂ ਨੇ ਆਪਣੀ ਵੋਟ ਪਾਈ, ਜਿਨ੍ਹਾਂ ਵਿੱਚੋਂ ਭਾਜਪਾ ਦੇ ਮਨੋਜ ਨੂੰ 16 ਅਤੇ ਆਮ ਆਦਮੀ ਪਾਰਟੀ ਕਾਂਗਰਸ ਦੇ ਗੱਠਜੋੜ ਨੂੰ 12 ਵੋਟਾਂ ਮਿਲੀਆਂ, ਜਦਕਿ 8 ਵੋਟਾਂ ਗਿਣਤੀ ਦੇ ਵਿੱਚ ਸ਼ਾਮਲ ਨਹੀਂ ਕੀਤੀਆਂ ਗਈਆਂ, ਉਹਨਾਂ ਨੂੰ ਰੱਦ ਕੀਤਾ ਗਿਆ। ਸੋ ਕਾਂਗਰਸ ਅਤੇ ਆਪ ਦੇ ਵੱਲੋਂ ਭਾਜਪਾ 'ਤੇ ਇਲਜ਼ਾਮ ਲਗਾਏ ਗਏ ਨੇ, ਪ੍ਰੋਸੀਡਿੰਗ ਅਫਸਰ 'ਤੇ ਧੱਕੇਸ਼ਾਹੀ ਦੇ ਵੋਟਾਂ ਦੇ ਵਿੱਚ ਹੇਰਾਫੇਰੀ ਕਰਨ ਦੇ ਇਲਜ਼ਾਮ ਲਗਾਏ ਗਏ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਇਹ ਮੇਅਰ ਹਾਲਾਂਕਿ ਹਜੇ ਬੀਜੇਪੀ ਦਾ ਮੇਅਰ ਬਣ ਚੁੱਕਿਆ, ਬੀਜੇਪੀ ਦੇ ਮੇਅਰ ਦੀ ਅਨਾਊਂਸਮੈਂਟ ਕਰ ਦਿੱਤੀ ਗਈ ਹੈ। ਬੀਜੇਪੀ ਦਾ ਮੇਅਰ ਮਨੋਜ ਸੋਨਕਰ ਨੂੰ ਬੀਜੇਪੀ ਦਾ ਮੇਅਰ ਬਣਾ ਦਿੱਤਾ ਗਿਆ। ਤਸਵੀਰਾਂ ਤੁਸੀਂ ਵੇਖ ਲਓ, ਬੀਜੇਪੀ ਦੇ ਮੇਅਰ ਕੈਂਡੀਡੇਟ ਨੂੰ ਅਨਾਊਂਸ ਕਰ ਦਿੱਤਾ। ਹਾਲਾਂਕਿ ਹੰਗਾਮਾ ਉੱਥੇ ਹੋਇਆ। ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਕਾਉਂਸਲਰਸ ਨੇ ਪਰਚੀਆਂ ਨੂੰ ਆਪਣੇ ਉਹਦੇ ਚ ਲਿਆ ਤੇ ਇਹ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਹ ਧੱਕਾ ਹੋਇਆ। ਤੇ ਤਸਵੀਰਾਂ ਤੁਸੀਂ ਵੇਖੋ, ਹੁਣ ਮਾਰਸ਼ਲ ਵੀ ਬੁਲਾ ਲਏ ਗਏ ਨੇ। ਹਾਲਾਂਕਿ ਮਨੋਜ ਸੋਨਕਰ ਨੂੰ ਹੁਣ ਸੀਟ ਤੇ ਬਿਠਾ ਦਿੱਤਾ ਗਿਆ ਤੇ ਹੁਣ ਤੇ ਬੀਜੇਪੀ ਦਾ ਮੇਅਰ ਅਨਾਊਂਸ ਕਰ ਦਿੱਤਾ ਗਿਆ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਹੰਗਾਮਾ ਦੇਖਣ ਨੂੰ ਮਿਲ ਰਿਹਾ। ਬੀਜੇਪੀ ਦਾ ਮੇਅਰ ਮਨੋਜ ਸੋਨਕਰ ਅਨਾਊਂਸ ਕਰ ਦਿੱਤਾ ਗਿਆ।